ਫਿਰ ਦਿਨਾਂ ਤੋਂ ਬਾਅਦ ਦੋਸਤਾਂ ਦੀ ਖਿਦਮਤ 'ਚ ਹਾਜ਼ਰ ਹੋਇਆ ਇੱਕ ਨਈ ਵੀਡੀਓ ਲੈ ਕੇ, ਕਿਉਂਕਿ ਕੁਛ ਦਿਨਾਂ ਤੋਂ ਮੇਰੀ ਆਪਣੀ ਤਬੀਅਤ ਖਰਾਬ ਸੀਗੀ ਔਰ ਉਸ ਤੋਂ ਬਾਅਦ ਵਾਲਦਾ ਦੀ ਸਿਹਤ ਖਰਾਬ ਹੋ ਗਈ ਔਰ ਉਹਨਾਂ ਨੇ ਦੋ ਤਿੰਨ ਦਿਨ ਹਸਪਤਾਲ ਐਡਮਿਟ ਰਹੇ ਨੇ, ਹੁਣ ਬਿਲਕੁਲ ਠੀਕ ਹੈ। ਤਮਾਮ ਦੋਸਤਾਂ ਦਾ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਆਪਣੇ ਆਪਣੇ ਦਵਾਈਆਂ ਕਲਾਮਾਤ 'ਚ ਸਾਨੂੰ ਯਾਦ ਰੱਖਿਆ ਔਰ ਕਮੈਂਟ ਦੀ ਸੂਰਤ 'ਚ ਜਾਂ ਬਗੈਰ ਕਮੈਂਟ ਤੋਂ ਉਹਨਾਂ ਤਮਾਮ ਦਾ ਸ਼ੁਕਰੀਆ ਜਿਨ੍ਹਾਂ ਨੇ ਦੁਆ ਕੀਤੀ ਹੈ। ਅੱਲਾ ਪਾਕ ਤੁਹਾਨੂੰ ਜਜ਼ਾਇਆ ਖੈਰ ਦਾ ਹੈ। ਅੱਜ ਦੀ ਵੀਡੀਓ ਜੀ ਸਾਡੀ ਹੈਗੀ ਹੈ ਮੁਰਗੀਆਂ 'ਚ ਕੈਲਸ਼ੀਅਮ ਦੀ ਕਮੀ ਤੋਂ। ਉਹਦੇ ਲਈ ਮੈਡੀਕਲੀ ਵੀ ਟ੍ਰੀਟਮੈਂਟ ਹੈ ਨੇ, ਲੇਕਿਨ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਘਰੇਲੂ ਸਤ੍ਹਾ 'ਤੇ ਚੀਜ਼ਾਂ ਦੇ ਵਿੱਚ ਹੀ ਇਲਾਜ ਕੀਤਾ ਜਾਏ ਜਿਹੜਾ ਕਿ ਸਸਤਾ ਔਰ ਕਮ ਖਰਚ ਹੋਵੇ ਔਰ ਬਾਲਾ ਨਸ਼ੀਨ ਵੀ ਹੋਵੇ। ਅਗਰ ਤੁਸੀਂ ਸ਼ੌਕੀਆ ਤੌਰ 'ਤੇ ਰੱਖੇ ਹੋਏ ਨੇ ਜਾਂ ਘਰ ਦੇ ਵਿੱਚ ਪਾਲਤੂ ਸਤ੍ਹਾ 'ਤੇ ਰੱਖੇ ਹੋਏ ਨੇ ਮੁਰਗੀਆਂ ਆਂਡਿਆਂ ਵਾਲੀਆਂ, ਤਾਂ ਮੇਰੇ ਚੈਨਲ ਦੇ ਨਾਲ ਜੁੜ ਜਾਓ ਔਰ ਮੈਂ ਨਿਤ ਨਈ ਵੀਡੀਓ ਲੈ ਕੇ ਦੋਸਤਾਂ ਦੀ ਖਿਦਮਤ 'ਚ ਹਾਜ਼ਰ ਹੁੰਦਾ ਰਹਿੰਦਾ ਵਾਂ ਔਰ ਉਹ ਤਮਾਮ ਕੋਸ਼ਿਸ਼ ਹੁੰਦੀ ਮੇਰੀ ਉਹਦੇ ਵਿੱਚ ਕਿ ਸਸਤਾ ਔਰ ਘਰੇਲੂ ਸਤ੍ਹਾ 'ਤੇ ਹੀ ਟ੍ਰੀਟਮੈਂਟ ਦਾ ਹੋਵੇ। ਅੱਜ ਦਾ ਜਿਹੜਾ ਸਾਡਾ ਮੌਜੂ ਟੋਪਿਕ ਹੈ ਜੀ, ਉਹ ਹੈ ਮੁਰਗੀਆਂ 'ਚ ਕੈਲਸ਼ੀਅਮ ਦੀ ਕਮੀ ਔਰ ਜ਼ੀਰੋ ਖਰਚ ਦੇ ਉੱਤੇ ਆ। ਉਮੀਦ ਹੈ ਕਿ ਦੋਸਤਾਂ ਨੂੰ ਵੀਡੀਓ ਪਸੰਦ ਆਏਗੀ। ਅਗਰ ਵੀਡੀਓ ਪਸੰਦ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਬਾ ਦਿਓ ਤਾਂ ਕਿ ਮੇਰੀ ਹਰ ਆਉਣ ਵੀਡੀਓ ਤਮਾਮ ਹੀ ਦੋਸਤਾਂ ਤੱਕ ਪਹੁੰਚਦੀ ਰਹੇ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ। ਉਮੀਦ ਹੈ ਸਭ ਦੋਸਤ ਬਜ਼ੁਰਗ ਭਾਈ ਖਰੀਅਤ ਨਾਲ ਹੋਣਗੇ ਔਰ ਅੱਲਾ ਪਾਕ ਦੇ ਹਜ਼ੂਰ ਦੁਆ ਹੈ ਕਿ ਮਾਲਕ ਸਭ ਨੂੰ ਆਪਣੇ ਹਿਫਜ਼ੋ ਅਮਾਨ 'ਚ ਰੱਖੇ। ਰਾਤ ਦੋਸਤੋ ਕਾਫੀ ਬਾਰਿਸ਼ ਹੋ ਗਈ ਸੀ ਅਤੇ ਦਿਨੇ ਧੁੱਪ ਨਿਕਲੀ ਹੋਈ ਹੈ, ਚੂਜ਼ੇ ਵਗੈਰਾ ਸਾਰੇ ਛੱਡੇ ਹੋਏ ਨੇ। ਹੁਣ ਚੱਲਦੇ ਹਾਂ ਜੀ ਆਪਣੀ ਵੀਡੀਓ ਦੀ ਤਰਫ ਅਤੇ ਇਹ ਜੀ ਅੰਡਿਆਂ ਦੇ ਛਿਲਕੇ। ਤੁਸੀਂ ਇਸ ਘਰੇਲੂ ਸਤ੍ਹਾ 'ਤੇ ਅਗਰ ਆਂਡੇ ਇਸਤੇਮਾਲ ਕਰ ਰਹੇ ਜੇ ਉਹਨਾਂ ਦੇ ਵੀ ਛਿਲਕੇ ਮਹਿਫੂਜ਼ ਕਰ ਸਕਦੇ ਜੇ ਔਰ ਅਗਰ ਨਹੀਂ ਵੀ ਹੈ ਤੁਹਾਡੇ ਕਰੀਬ ਕੋਈ ਵੀ ਦੁਕਾਨ ਹੈ, ਬਰਗਰ ਹੈ, ਸ਼ਵਾਰਮਾ ਹੈ, ਕੋਈ ਵੀ ਇਸ ਤਰ੍ਹਾਂ ਦੀ ਦੁਕਾਨ ਜਿੱਥੇ ਆਂਡਿਆਂ ਦਾ ਇਸਤੇਮਾਲ ਹੁੰਦਾ, ਬੇਕਰੀ ਹੈ, ਤੁਸੀਂ ਉਹਨਾਂ ਕੋਲ ਛਿਲਕੇ ਲੈ ਸਕਦੇ ਜੇ। ਮੈਂ ਜ਼ਿਆਦਾਤਰ ਘਰ ਦੇ ਆਂਡੇ ਮਹਿਫੂਜ਼ ਕੀਤੇ ਹੋਏ ਜੀ ਛਿਲਕੇ ਔਰ ਕੁਛ ਮੈਂ ਬਾਹਰੋਂ ਵੀ ਲੈ ਕੇ ਆਇਆ ਵਾਂ। ਇਹਨਾਂ ਤਮਾਮ ਦੇ ਛਿਲਕੇ ਤੋੜਨੇ ਆ, ਥੋੜ੍ਹੇ ਥੋੜ੍ਹੇ ਕਰੈਕ ਕਰਕੇ ਅਸੀਂ ਮਸ਼ੀਨ 'ਚ ਪਾ ਲੈਣੇ, ਗ੍ਰੈਂਡ ਕਰਨੇ ਆ। ਅਤੇ ਮੈਂ ਵੀਡੀਓ ਵੀ ਜ਼ਿਆਦਾ ਲੰਮੀ ਨਾ ਹੋਵੇ ਇਸ ਵਾਸਤੇ ਇਸ ਜਗ੍ਹਾ 'ਤੇ ਬ੍ਰੇਕ ਕਰ ਰਿਹਾ ਵੀਡੀਓ ਨੂੰ ਗ੍ਰੈਂਡ ਕਰਕੇ ਅਤੇ ਦੋਸਤਾਂ ਦੇ ਨਾਲ ਅੱਗੇ ਅਗਲਾ ਮਰਹਲਾ ਜਿਹੜਾ ਵਾ ਉਹ ਸ਼ੇਅਰ ਕਰਦੇ ਹਾਂ। ਮਟੀਰੀਅਲ ਸਾਡਾ ਚੱਲ ਰਿਹਾ ਜੀ ਗ੍ਰੈਂਡਰ ਦੇ ਵਿੱਚ, ਦੇਖ ਸਕਦੇ ਜੀ ਥੋੜ੍ਹਾ ਜਿਹਾ ਪਾਣੀ ਪਾਇਆ ਹੋਇਆ ਵਾ ਔਰ ਉਹਨਾਂ ਨੂੰ ਛੱਡਿਆ ਹੋਇਆ ਵਾ, ਕਿਉਂਕਿ ਖੁਸ਼ਕ ਗ੍ਰੈਂਡਰ ਦੇ ਵਿੱਚ ਨਹੀਂ ਚੱਲਦਾ ਹੈਗਾ ਜੀ। ਤਾਂ ਦੋਸਤੋ ਮਵਾਦ ਸਾਡਾ ਤਿਆਰ ਹੈ ਜੀ, ਗ੍ਰੈਂਡ ਹੋ ਕੇ ਆ ਗਿਆ ਅਤੇ ਅੱਗੇ ਅਸੀਂ ਹੁਣ ਇਹਦਾ ਮਰਹਲਾਵਾਰ ਸ਼ੁਰੂ ਕਰਦੇ ਹਾਂ ਜੀ। ਇਹ ਆਟਾ ਹੈ, ਇਹਦੇ ਵਿੱਚ ਅਸੀਂ ਇਹਨੂੰ ਮਿਕਸ ਕਰਨਾ ਔਰ ਛੋਟੇ ਛੋਟੇ ਦਾਣੇ ਬਣਾ ਕੇ ਮੁਰਗੀਆਂ ਨੂੰ ਜਿਸ ਤਰ੍ਹਾਂ ਆਮ ਰੂਟੀਨ 'ਚ ਆਟਾ ਪਾਈਦਾ ਵਾ ਇਸੇ ਤਰ੍ਹਾਂ ਹੀ ਕਰ ਦੇਣਾ ਵਾ। ਅਤੇ ਦੋਸਤੋ ਹਰ ਕਿਸੇ ਦਾ ਆਪਣਾ ਆਪਣਾ ਤਰੀਕਾਕਾਰ ਹੈ, ਆਪਣੀ ਆਪਣੀ ਸੋਚ ਸਮਝ ਹੈ। ਉਸ ਦੇ ਲਈ ਮਾਜ਼ਰਤ ਚਾਹੁੰਦਾ ਕਿ ਮੈਂ ਖੱਬੇ ਹੱਥ ਦਾ ਇਸਤੇਮਾਲ ਕਰ ਰਿਹਾ, ਸੱਜੇ ਹੱਥ 'ਚ ਮੋਬਾਈਲ ਪਕੜਿਆ ਹੋਇਆ ਵਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਦੋਸਤੋ ਅਕਸਰ ਸਾਡੀਆਂ ਮੁਰਗੀਆਂ ਜਿਹੜੀਆਂ ਨਾ ਘਰਾਂ 'ਚ ਰੱਖੀਆਂ ਹੋਈਆਂ ਆਂਡਿਆਂ ਵਾਲੀਆਂ ਵੀ ਇਹ ਵੀ ਨਾਗਾ ਵਧਾ ਦਿੰਦੀਆਂ ਨੇ, ਜਿਸ ਤਰ੍ਹਾਂ ਕਿ ਪਹਿਲੇ ਡੇਲੀ ਬੇਸ 'ਤੇ ਦੇ ਰਹੀਆਂ ਹੁੰਦੀਆਂ ਨੇ ਸਟਾਰਟ, ਜਿਸ ਲਈ ਆਂਡੇ ਕਰਦੀਆਂ ਨੇ, ਬਾਅਦ 'ਚ ਦੋ ਦਿਨ ਬਾਅਦ ਜਾਂ ਤਿੰਨ ਦਿਨ ਬਾਅਦ ਇੱਕ ਦਿਨ ਦਾ ਨਾਗਾ, ਬਾਅਦ ਦਫ਼ਾ ਦੋ ਦਿਨ ਦਾ ਨਾਗਾ ਕਰਨ ਲੱਗ ਜਾਂਦੀਆਂ ਨੇ ਔਰ ਇਹ ਕੈਲਸ਼ੀਅਮ ਦੀ ਕਮੀ ਦਾ ਬਹੁਤ ਵੱਡਾ ਰੀਜ਼ਨ ਹੁੰਦਾ ਵਾ। ਜਿਹੜਾ ਕਿ ਫਾਰਮ ਵਾਲੇ ਜਿਹੜੇ ਆ ਦੋਸਤ, ਜਿਹੜੇ ਵੀ ਫਾਰਮ ਜਿਨ੍ਹਾਂ ਨੇ ਬਣਾਏ ਹੋਏ ਨੇ, ਉਹ ਮੁਖਤਲਿਫ ਮੈਡੀਸਨ ਦੇ ਜ਼ਰੀਏ ਇਹਨਾਂ ਚੀਜ਼ਾਂ ਨੂੰ ਕਵਰ ਰੱਖਦੇ ਨੇ, ਲੇਕਿਨ ਅਸੀਂ ਘਰ ਦੇ ਵਿੱਚ ਸਿੰਪਲ ਦਾਣਾ ਪਾਉਂਦੇ ਹਾਂ ਸਾਡੇ ਕੋਲੋਂ ਔਰ ਜ਼ਿਆਦਾਤਰ ਮੁਰਗੀਆਂ ਨੂੰ ਫਿਰਨ ਤੁਰਨ ਦੀ ਜਗ੍ਹਾ ਵੀ ਘੱਟ ਹੁੰਦੀ ਹੈ, ਆਪਣੇ ਸਮਝ ਨਾਲ ਵੀ ਉਹ ਆਪਣੀ ਜ਼ਰੂਰੀਅਤ ਪੂਰੀ ਨਹੀਂ ਕਰ ਸਕਦੀਆਂ। ਅਗਰ ਖੇਤ ਖਲਿਆਣ ਡੇਰਾ ਟੈਪ ਜਗ੍ਹਾ ਹੋਵੇ ਫਿਰ ਤਾਂ ਉਹ ਆਪਣੀ ਜ਼ਰੂਰੀਅਤ ਪੂਰੀ ਰੱਖਦੀਆਂ ਨੇ ਔਰ ਟਾਈਮ ਸਿਰ ਆਂਡੇ ਦੇ ਹੀ ਰੱਖਦੀਆਂ ਨੇ, ਲੇਕਿਨ ਘਰ ਦੇ ਵਿੱਚ ਮੁਰਗੀਆਂ ਜਿਹੜੀਆਂ ਨੇ ਉਹ ਅਕਸਰ ਮਸਲਾ ਮਸਾਇਲ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਕਿ ਆਂਡਿਆਂ 'ਚ ਗੈਪ ਆਉਣਾ ਸ਼ੁਰੂ ਹੋ ਜਾਂਦੇ ਨੇ। ਅਗਰ ਤੁਸੀਂ ਮੈਡੀਸਨ ਦੇ ਨਾਲ ਜਾਣਾ ਚਾਹੁੰਦੇ ਜੇ ਤਾਂ ਉਹ ਬਾਜ਼ਾਰ 'ਚੋਂ ਕੈਲਸ਼ੀਅਮ ਬੀ ਦੇ ਨਾਮ ਤੋਂ ਸੀਰਮ ਮਿਲ ਜਾਂਦੇ ਨੇ, ਉਹ ਤੁਸੀਂ ਇਸਤੇਮਾਲ ਕਰ ਸਕਦੇ ਨੇ, ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਘਰੇਲੂ ਸਤ੍ਹਾ 'ਤੇ ਹੀ ਛੋਟੇ ਛੋਟੇ ਟੋਟਕੇ ਫਾਰਮੂਲੇ ਲਾ ਕੇ ਉਹਨਾਂ ਕੋਲੋਂ ਕੰਮ ਲਿਆ ਜਾਵੇ ਜਿਹੜੇ ਕੰਮ ਖਰਚ ਔਰ ਬਾਲਾ ਨਸ਼ੀ ਹੁੰਦੇ ਨੇ, ਜਿਸ ਤਰ੍ਹਾਂ ਕਿ ਤੁਸੀਂ ਇਹ ਵੀ ਦੇਖ ਰਹੇ ਜੇ। ਇਹ ਮੈਂ ਅੱਗੇ ਵੀ ਇਸਤੇਮਾਲ ਕਰਦਾ ਰਹਿੰਦਾ, ਲੇਕਿਨ ਦੋਸਤਾਂ ਨਾਲ ਪਹਿਲੀ ਵਾਰੀ ਸ਼ੇਅਰ ਕਰ ਰਿਹਾ ਹਾਂ, ਕਿਉਂਕਿ ਇਹਦੇ ਨਾਲ ਮੁਰਗੀਆਂ ਦੀ ਜਿਹੜੀ ਕਮੀ ਹੈ ਨਾ ਕੈਲਸ਼ੀਅਮ ਦੀ ਉਹ ਪੂਰੀ ਰਹਿੰਦੀ ਹੈ ਅਤੇ ਆਂਡੇ ਦੀ ਪੈਦਾਵਾਰ ਬਿਹਤਰ ਰਹਿੰਦੀ ਹੈ। ਆਂਡੇ ਦਾ ਛਿਲਕਾ ਜਿਹੜਾ ਵਾ ਕੈਲਸ਼ੀਅਮ ਨਾਲ ਹੀ ਬਣਦਾ ਵਾ
और एक चीज़ इतने मैं निशानदही होर करता जावा कि हो सकता कि बाज के जेन च आए कि मुर्गियां ये आंडा पीना शुरू कर देंगे, नहीं ऐसा कुछ नहीं, क्योंकि आंडे का अंदरूनी जो माल है ना असल टेस्ट वो तो पैंदा वा, जिस तरह कि मुर्गी पर खाने लग जाती है तुसी उहदा इलाज करदे जी, वह भी कैल्शियम की ही कमी होंदी है, लेकिन जिहड़ा उहदे च ब्लड हुंदा ना मिलदा उहदे तों परां चों उहदा जिहड़ा जबान नूं चस्का लगदा ना वह चस्का हटाना मुश्किल हुंदा वा, कैल्शियम की कमी तो पूरी हो जाती है, उस चस्के नूं कवर करना सब तो पहले वड्डा चैलेंज हुंदा वा। आ लै तूं भी खा ला, अगर तुसी उस चस्के नूं हटा लिया तो तुसी कामयाब जे। इस तरह ही आंडिया की कमी जड़ी है ये भी तेरे लिए जरूरी हैगा कि तुसी जनाब उन्होंने जरूरियात जड़ी है खुराक तो हट के भी बाकी दी जड़ी है वो तुसी पूरी रखनी है, तो इंशाल्लाह इंशाल्लाह तेरे आंडिया की कमी कभी भी नहीं होएगी। और ये दोस्तों मैं हूँ सुबह का दाना पानी मैं करवाता हूँ आटा तैयार कर रहा हूँ, तो इस टाइम तकरीबन 12:30 हो रहे हैं, तो दो बजे इन्ह का दूसरे टाइम हो जाना वा, उस टाइम के खुराक की जगह पर सिर्फ और सिर्फ आटा इन्हों दे रहा वा। ठीक है दोस्तों, खाली मैं मूँह इजाज़त दियो, अपना और अपने अहल आयल का बहुत सारा ख्याल रखना, दुआवां याद रखना, अल्लाह ने कोई